जो दिन आवे सो दिन ਅੰਤਮ ਅਰਦਾਸ ਹੋਈ ਹੈ ਗੁਰੂ ਸਾਹਿਬ ਜੀ ਕਿਰਪਾ ਕਰ ਰਾਮ ਕਲੀ ਮਹੱਲਾ ਕੀ ਜਾਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾ ਮਹਾਰਾਜ
ਪਰਿਵਾਰ ਦੇ ਸਿਰ ਤੇ ਮਿਹਰਿਆ ਸਕਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਨੀ ਮਹਾਰਾਜ ਜੀ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁਗਰਤ ਪੈਸਾ ਕੇ ਪਨੈਕਨ ਮਹਾਰਾਜ ਜੀ ਆਪ ਅੰਗੀਕਾਰ ਕਰੋ ਮਹਾਰਾਜ ਜੀ ਲੋਕ ਪ੍ਰਲੋਕ ਵਿੱਚ ਇਹਨਾਂ ਦੀ ਸਹਾਇਤਾ ਕਰਨੀ ਮਹਾਰਾਜ ਜੀ ਪਰਿਵਾਰ ਦੀ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਦੇ ਦਾਦੇ ਉੱਤੇ ਪੰਚਮ ਰਸਨਾ ਵਿੱਚੋਂ ਕੜਾਹ ਪ੍ਰਸ਼ਾਦੀਆਂ ਦੇਗਾ ਸਜ ਗਿਆ ਦੇਵਨ ਮਹਾਰਾਜ ਜੀ ਆਪ ਜੀ ਨੂੰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਛਕੇ ਜੋ ਬੋਲੇ ਸੋਨੀਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਤੀਜਾ ਘਰ ਪਹਿਲਾ ਤੇਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਦ ਰਾਮ ਦੇ ਹਰ ਜੀਓ ਨਾਮ ਸ਼੍ਰੀ ਮਾਨ ਬਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਦ ਰੱਖ ਦੇ ਹਰ ਜੀਓ ਤਿਤ ਕੈ ਸਤ ਬਲਹਾਰੀ ਜੇ ਨਾਲ ਰੱਖਿਆ ਉਹ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਭਲੀ ਭਾਂਤ ਜਾਣੂ ਹਾਂ ਪਿਛਲੇ ਦਿਨੀ ਕਾਕਾ ਹਰਮਨਪ੍ਰੀਤ ਹਰਮਨਪ੍ਰੀਤ ਸਿੰਘ ਜੀ ਸਾਡੇ ਧੀਰ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਹਨ ਉਹਨਾਂ ਦੀ ਯਾਦ ਵਿੱਚ ਕੁਛ ਦਿਨਾਂ ਤੋਂ ਅੱਧੀ ਬਾਣੀ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਏ ਹਨ ਉਪਰੰਤ ਕਥਾ ਵਿਚਾਰਾਂ ਕੀਰਤਨ ਹੋਏ ਹਨ ਪਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਸੀ ਹੱਸਦਾ ਖੇਡਦਾ ਬੱਚਾ ਸਾਡੇ ਹੱਥੋਂ ਮਿੰਟਾਂ ਸਕਿੰਟਾਂ ਵਿੱਚ ਹੀ ਚਲਿਆ ਗਿਆ ਜਿਵੇਂ ਉਸਦਾ ਨਾਮ ਸੀ ਹਰਮਨ ਹਰ ਇੱਕ ਦੇ ਮਨ ਵਿੱਚ ਜਿਸ ਨੂੰ ਵੀ ਉਹ ਇੱਕ ਵਾਰ ਵੀ ਮਿਲਿਆ ਗੁਰੂ ਸਾਹਿਬ ਦੀ ਜੂਠੀ ਬੈਠੀ ਗੁਰੂ ਪਿਆਰੀ ਗੁਰੂ ਭਾਈ ਸਤਿ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਸੀ ਲਿਖਿਆ ਤਿਉਹਾਰ ਕਮਾਏ ਕੱਲੇ ਆਏ ਨਾਨਕਾ ਸਦੀ ਸਾਹਿਬ ਦੇ ਮਾਂ ਬਾਪ ਅਨੁਸਾਰ ਸਾਡੇ ਬਹੁਤ ਸਤਿਕਾਰ ਜੀ ਬੇਟਾ ਹਰਮਨਪ੍ਰੀਤ ਸਿੰਘ ਜਿੰਨੀ ਵੀ ਸਵਾਸਾਂ ਦੀ ਪੂੰਜੀ ਮਿਲੀ ਉਹਨੂੰ ਟੋਕਦੇ ਹੋਏ ਗੁਰੂ ਚਰਨ ਜਾਬਰਾ ਜੀ ਉਹਨਾਂ ਦੇ ਦਿਵੇ ਰੱਖੇ ਹੋਏ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਬਰਾਤ ਨੇ ਕੀਰਤਨ ਕਰਕੇ ਉਹਨਾਂ ਨੂੰ ਸ਼ਰਧਾ ਦੇ ਭੋਗ ਭੇਟ ਦਿੱਤੇ ਗਏ ਮੌਤ ਇੱਕ ਡਲ ਸਚਾਈ ਅਸਰ ਵੀ ਇੱਥੇ ਜਾਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਸਾਡੀ ਇਸ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ ਹੈ ਅਸੀਂ ਜਿਹਨੇ ਕੰਮ ਤੁਸੀਂ ਚੱਲ ਕੇ ਹੋਏ ਹੋ ਉਹ ਸਾਡੇ ਸਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹਰ ਰਸਲੀਨਾ
निज कर दिखियो जगत मैं को काबू को नाहे नानक दर हर भगत है तेरा को मन माहे जग रचना सब झूठ है जान लिहो रे मीत कह नानक दर न रहे ज्यों बालू की पीत राम गयो रावण गयो जाको बहु परिवार कहो नानक दर कछ नहीं सुपने जो संसार नानक दर नहीं कोई जो उपजो सो बिनस है परु आज का काल नानक हर गुण गाई ले छाड़ सगल जंजाल दूरा बल छुट क्यों बंधन परे कछु ना होते उपाए कहो नानक अब ओट हरे गज जियो हो सहाए बल हो वाबन ਸਦਾ ਕੁਰਬਾਨ ਕੀਤਾ ਗੁਰੂ ਬਿੰਟੋ ਜੀਤੀਆਂ ਇਹ ਵਡਿਆਈਆਂ ਕਹੀ ਨਾਨਕ ਸੁਣੋ ਸੰਤੋ ਸ਼ਬਦ ਰੋਕੀ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰਸ ਭਾਗੇ ਸ਼ਬਦ ਵਾਜੇ ਕਲਾ ਤਿਤ ਕਰ ਧਾਰੀਆ ਪੰਜ ਦੂਤ ਕੁਦ ਵਸ ਕੀਤੇ ਕਾਵੇ ਕਟਕ ਮਾਰਿਆ ਤੁਰ ਕਰ ਪਾਇਆ ਤੁਰ ਚਿਤ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੁਆ ਤਿਤ ਕਰਿ ਅਨਹਤ ਵਾਜੀ ਅਰਧ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਈਆ ਉਤਰੇ ਸਗਲਵ ਸੂਰੇ ਤੂੰ ਕਰੋਗ ਸੰਤਾ ਫਿਰ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਵੀਤ ਕਹਿਤੇ ਪਵਿੱਤ ਸਤਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਤ ਤੁਰਈ ਸੁਣਤੇ ਪਨੀਤ ਕਹਿਤੇ ਪਵਿੱਤ ਸਤਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਤ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਨ ਨਾਵੇ ਚੰਤੁਰ ਜਾਏ
Thank you.
इस परिवार को इस संसार को सदा सदा ले अरविंदी सदगुरु के बैठे हो तो मालक ने करना में गुरु पर बेनती करनी है। सतगुरु जी आप जी कृपा करो है कि आप जी के हुक्म के अनुसार ही सब कुछ हो रहा है तो सारी सृष्टि कायनात के मालक का हुक्म चल रहा है। जरे जरे गल बचाने वाली एक ही है गुरु प्यारे बस जाना हुक्म भी है सारे ने एक ना एक दिन संसार तो सारे ने चले जाना है। जो आया सो जल सी सब कोई आई बारी जाना तो है गुरु प्यार पर बारी सर जाना पैना है ते बारी साड़ी कद एक रहमों ने अपने हाथ में रखिया हुई है बेशक गुरु प्यार साइंस ने तरक्की की सतगुरु जी रहम कर कृपा कर इस बिछड़ी हुई रूह में सतगुरु जी अपने चरणों का सुख अपने चरणों का निवास बख्शिश कर पिछले परिवार को लिखा करके जन्मे बाद फिर मरना तय हो जाता है वापस खुद आना है पर बहाना गुरु पैर किसी का कोई मन दिता है किसी का कोई बहाना बन जाता बस ये राज गुरु पहले कोई समझ नहीं सकता कृपा कर दिन आओ साडे च बैठे भी गुरु पहले प्रवान हो जाए कोई घड़ी लेखे दे विच लग जाए कि साहब वचन कर देने अवर काज तेरे किते नाकाम मिल साथ संगत भज के बरनाम साहब ने आखे से सानू कि तू सदा ही संगत करनी है सच की संगत करनी झूठ की नहीं सच की संगत करनी है नाम दृढ़ करना है पर कोहां दूर हो गए गुरु पैरे वाणी तो सुखा की भाल के बच्चे गुरु पैरे जिंदगी व्यर्थ गवा दिता सुख नहीं मिलेगा शब्द के नाल जुड़न का यत्न करिए वीरा वीरा कर रही वीर पै बहराए सबों ने एक भैन से भरा का रिश्ता गुरु पैरे वो बयान किया है कि शब्द वीरा वीरा कर रहे वीर पै बहराए वीर आख है आत्मा भैन आख है इस शरीर को गुरु पैर वीरा वीरा कर रहे वीर पै बहराए जिस तरह भैन गुरु पैर भरा की समझ सदा ही सुख चाहती है ना हर टाइम वीर की सुख मंगती है वीरा वीरा कर रही वीर पै बहराए वीर के दुकाने हो गए वीर चले कर अपने बहन बिरहे जल जाए तो जो गुरु कह रहे हो आत्मा निकल जाती है शरीर के विचों बहन बिरहे जल जाए ये शरीर भी गुरु कह रहे फिर सड़ के सुहा हो जाता है विश्व के शब्द जुड़ना जितना वीर पै बहराए वीरा वीरा कर रही वीर पै बहराए वीरा वीरा कर रही वीर पै
Saye Saye Maa
ਸਤਿ ਵਾਹਿਗੁਰੂ 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 ਤਿੰਨੇ ਤਾਕਤਵਾਰ ਮਹਾਰਾਜ ਦੁੱਖ ਅੰਤਾ ਸੁਖਦਾਸ ਤਾਂ ਕੋ ਜਗੰਗਾ ਕੂ ਲਾਗੇ ਜਾਗੀ ਪ੍ਰਭ ਆਗੇ ਅਰਦਾਸ ਅਰਦਾਸ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਰੰਗਣ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਈ ਅੱਜ ਨਾਗ ਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੀ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਏ ਕਲ ਨੌ ਨਿਧਿਆਵੇ ਧਾਈ ਸਭ ਥਾਈ ਹੋਈ ਸਹਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਈ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹ ਜੱਗੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਨ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੀ ਛਕਿਆ ਦੇਖ ਚਲਾਈ ਦੇਖ ਭਾਈ ਦੇ ਵਿੱਚ ਕੀਤਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਭਾਈਆਂ ਦਰਖਤੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ ਸਗਮ ਪਾਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁੰਡਿਆਂ ਦੀ ਗਵਾਈ ਦਾ ਚੰਦ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ 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 ਆਪਣੇ ਪਾਸੇ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਸਤਿਗੁਰੂ ਆਸਰੇ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਮਹਾਰਾਜ ਹਾਜ਼ਰਾਂ ਨੂੰ ਜਾਰਾ ਜੋ ਸਭ ਕਲਾ ਭਰਪੂਰ ਪਰ ਮਨੁ ਕੇ ਜਹਾਜ ਸ਼ਬਦ ਗੁਰੂ ਜੀ ਮਹਾਰਾਜ ਧੰਨ ਧੰਨ ਸ਼੍ਰੀ ਸਿੰਘੋ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਆ ਮਹਾਰਾਜ ਜੀ ਕਵਿਤਾ ਸਜਾਵੇ ਕਰਨੇ ਬਦਲਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਮਹਾਰਾਜ ਜੀ ਆਪਣੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਦੇ ਮਹਾਂਵਾਕਾਂ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਰੱਬੀ ਬਾਣੀ ਅਲਾਹੀ ਬਾਣੀ ਦਾ ਮਤ ਦੇ ਪਾਤਸ਼ਾਹ ਜੀ ਸਹਿਜ ਪਾਠ ਆਰੰਭ ਕਰਵਾਏ ਸਨ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਮਹਾਰਾਜ ਜੀ ਸੰਗਤ ਦੇ ਵਿੱਚ ਭੋਗ ਪਾਏ ਗਏ ਮਹਾਰਾਜ ਜੀ ਬਾਣੀ ਪੜ੍ਹਦਿਆਂ ਵਿਅਰਥ ਭੁੱਲਾਂ ਹੋਈਆਂ ਮਾਫ਼ ਕਰਨੀਆਂ ਆ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰ ਕਰਤਾਰ ਪੜ੍ਹੀ ਬਾਣੀ ਸੁਣੀ ਬਾਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ ਮਹਾਰਾਜ ਜੀ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਮਹਾਰਾਜ ਜੀ ਟੇਢੀਆਂ ਮੇਢੀਆਂ ਜੁੰਨਾਂ ਤੋਂ ਬਚਾ ਕੇ ਮਹਾਰਾਜ ਜੀ ਰੱਖਣਾ ਮਹਾਰਾਜ ਜੀ ਅਤੇ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮਹਾਰਾਜ ਜੀ ਪਰਿਵਾਰ ਦੇ ਸਿਰ 'ਤੇ ਨਿਰ ਤਿਆਰ ਰੱਖਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਨੀ ਮਹਾਰਾਜ ਜੀ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁਗਰਤ ਪੈਸਾ ਕੇ ਬਣਾਇਆ ਮਹਾਰਾਜ ਜੀ ਆਪ ਅੰਗੀਕਾਰ ਕਰੋ ਮਹਾਰਾਜ ਜੀ ਦੁੱਖ ਪ੍ਰਲੋਕ ਵਿੱਚ ਇਹਨਾਂ ਦੀ ਸਹਾਇਤਾ ਕਰਨੀ ਮਹਾਰਾਜ ਜੀ ਪਰਿਵਾਰ ਦੀ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਦੇ ਦਾਦੇ ਉੱਤੇ ਪੰਚਮ ਰਸਨਾਂ ਵਿੱਚੋਂ ਕੜਾਹ ਪ੍ਰਸ਼ਾਦੀਆਂ ਦੇਗਾ ਸਜਕਿਆ ਦੇਣ ਮਹਾਰਾਜ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗ ਛਕੇ ਜੋ ਜੀ ਛਕੇ ਉਹ ਤੇਰਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਦੇ ਦਰ ਹਜ਼ੂਰੀ ਦੇ ਵਿੱਚ ਗੁਰਦਾ ਲੰਗਰ ਸੱਜ ਕੇ ਹਾਜ਼ਰ ਮਹਾਰਾਜ ਜੀ ਨਾਨਕ ਕੋਸ਼ੀਆਂ ਪਕਾਈਆਂ
ਪਾਇਨ ਥਾਰੇ ਮਾਹੀ ਜਿਨੀ ਗੁਰੂ ਮਹਾਰਾਜ ਦਾ ਸੇ ਕਾਇ ਭੋਗ ਲਵੋ ਅਧਾਈ ਸੱਚੇ ਪਾਤਸ਼ਾਹ ਕਿ ਨੂੰ ਲੋੜ ਲਗਨ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸਾਦ ਦਾ ਸਾਧ ਸਕੇ ਜੋ ਜੀ ਸਕੇ ਉਹ ਤੇਰਾ ਹੀ ਨਾਮ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ ਆਈਆਂ ਸਕਤਾਂ ਦੀ ਹਾਜ਼ਰੀ ਤਦ ਪ੍ਰਵਾਨ ਕਰਨੀ ਜੋ ਸਾਧਕ ਨੇ ਤੇਰੇ ਕੋਲ ਭੇਟਾ ਕੀਤਾ ਹੈ ਉਹਨੂੰ ਪ੍ਰਵਾਨ ਕਰਕੇ ਲਿਖੇ ਲਾਉਣਾ ਮਹਾਰਾਜ ਜੀ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਪਾਵੇ ਹਰ ਕਿਰਪਾ ਕਰਕੇ ਬਖਸ਼ ਦਿਓ ਹੋਂ ਪਾਪੀ ਵੱਢ ਗੁਨਾਹਗਾਰ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਗੁਰਸਿੱਖੀ ਜੀਵਨ ਬਖਸ਼ਣਾ ਮਹਾਰਾਜ ਜੀ ਗੁਰਸਿੱਖੀ ਦੇ ਚੱਲਣ ਅਤੇ ਪੂਰਨਿਆਂ ਦਾ ਬਲ ਬਖਸ਼ਣਾ ਮਹਾਰਾਜ ਜੀ ਆਪ ਕਿਰਪਾ ਕਰਨੀ ਮਹਾਰਾਜ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ ਮਹਾਰਾਜ ਜੀ ਸੱਚੇ ਪਾਤਸ਼ਾਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਜਾਗਣ ਦਾ ਬਲ ਬਖਸ਼ੋ ਆਪਣੇ ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਬਖਸ਼ੋ ਮਹਾਰਾਜ ਜੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀਆਂ ਦਾਤਾਂ ਦਾ ਸਿਮਰਨ ਕਰਨ ਮਹਾਰਾਜ ਜੀ ਆਪ ਕਿਰਪਾ ਕਰਨੀ ਮਹਾਰਾਜ ਜੀ ਸਤਿਗੁਰ ਦਾ ਭਲਾ ਕਰਨਾ ਗੁਰਮੁਖਾਂ ਦੇ ਮੇਲ ਕਰਾਉਣੇ ਮਹਾਰਾਜ ਜੀ ਆਪ ਜੀ ਦਾਤੇ ਜੋ ਜੀ ਆਵੇ ਸੋ ਰਾਜੀ ਤੇ ਪ੍ਰਸੰਨ ਜਾਵੇ ਕਲਾ ਤੇਰੇ ਨਾਮ ਦੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਰਾਖੀ ਦੇ ਜੋ ਪ੍ਰਭ ਕੋ ਮਿਲ ਪੂਛ ਹੈ ਹੋਰ ਸ਼ਬਦ ਮੈਂ ਦੇ ਰਾਜ ਕਰੇਗਾ ਖਾਲਸਾ ਅਕੀ ਰਹੀ ਨਾ ਕੋਈ ਵਾਲ ਹੋਈ ਸਭ ਮਿਲੇਗੇ ਬਚੇ ਚਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰੇ ਜੋ ਚੜਦਾ ਕਰ ਸੇਵਤੇ ਗੁਰਬਾਣੀ ਉਤਾਰਨ ਹਾਰੇ ਜੋ ਬੁਰੇ ਸੋਨਿਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ ਸੋ ਕਹੋ ਕਲ ਗੁਰ ਸੇਵੀ ਆਏ ਸਜ ਸਭਾਈ ਦਰਸ਼ਨ ਪਸੀਆ ਗੁਰੂ ਕਰੇ ਜਨਮ ਮਰਣਾ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਤੀਜਾ ਘਰ ਪਹਿਲਾ ਤੇ ਤੁਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਰੱਖਦਾ ਆਇਆ ਪ੍ਰਹਲਾਦ ਜਨ ਤੁਦ ਰਾਮ ਦੇ ਹਰ ਜੀਓ ਅੰਨਾ ਖੁਸ਼ੀ ਮਾਲ ਬਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਸ਼ੇ ਮਾਰੇ ਬਚਾਇਆ ਗੁਰਮੁਖਾਂ ਨੂੰ ਪ੍ਰਤੀ ਤਿਆਰ ਜੀਓ ਮਨ ਮੁਖ ਪਰਮ ਬਦਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਦੀ ਤਜ ਰੱਖੂ ਸਵਾਮੀ ਭਗਤ ਤੇਰੀ ਸਰਨਾਈ ਭਗਤਾਂ ਨੂੰ ਜਮਾ ਜੋ ਨਾ ਸਕੇ ਕਾਲ ਨਾ ਮਿਲੜ ਜਾਈ ਕੇਵਲ ਰਾਮ ਨਾਮ ਨਵਸਿਆ ਨਾਮੇ ਹੀ ਮੁਕਤ ਪਾਈ ਰਿੱਧ
ਕੈ ਸਹਿਜ ਸੁਭਾਈ ਮਨ ਮੁਖਾ ਨ ਪਦ ਗੀਤ ਨ ਆਵਈ ਅੰਤਰ ਦੋਭ ਸੁਆਓ ਗੁਰਮੁਖ ਹਿਰਦੇ ਸ਼ਬਦ ਨਾ ਖੇਦਿਓ ਹਰ ਨਾਮ ਨਾ ਲਾਗਾ ਪਾਓ ਪੂਰਾ ਕਪਟ ਪਜ ਰਹਿ ਜਸੀ ਮਨਮੁਖ ਟੀਕਾ ਲਾਓ ਭਗਤਾ ਵਿਦਿਆ ਭਗਵੰਤਾ ਤਬ ਜੀ ਭਗਤੀ ਹੋਂ ਤੂੰ ਜਾਦਾ ਮਾਇਆ ਮੋਹ ਸਭ ਦੁਖ ਹੈ ਤੇਰੀ ਤੂੰ ਏਕੋ ਪੁਰਖ ਬਤਾਤਾ ਹੋਮੇ ਮਾਰ ਮਨਸਾ ਬਣੇ ਸਮਾਈ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੀ ਪ੍ਰਭ ਤਿਨਕੀ ਜਿਨਾਂ ਕਾ ਨਾਮ ਪਿਆਰਾ ਗੁਰਪਦ ਸਾਲ ਸਦਾ ਮਨ ਵਸਿਆ ਸਭ ਕਾਜ ਸਵਾਲ ਨਿਹਾਰਾ ਉਹਨਾਂ ਕੀ ਰੀਸ ਕਰੇ ਸਭ ਉਚਾਈ ਜਿਨ ਹਰ ਪ੍ਰਭੈ ਰਖਵਾਰਾ ਫਿਰ ਸਤਗੁਰ ਸੇਵੇ ਕਿਨੇ ਨਾ ਪਾਇਆ ਮਨਮੁਖ ਭੌਂਕ ਮੋਏ ਮਿਲਦਾਈ ਆਵਈ ਜਾਵੇ ਕੋ ਨਾ ਪਾਵਈ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵਾਈ ਸਹਿਜੇ ਸਾਜ ਸਮਾਈ ਫਿਰ ਸਤਗੁਰ ਸੇਵੇ ਜਨਮ ਨਾ ਛੋਡਾਈ ਜੇ ਅਨੇਕ ਕਰਮਾ ਕਰੇ ਅਧਕਾਈ ਵੇਦ ਪੜੇ ਤਾਂ ਵਾਦ ਵਖਾਈ ਦਿਨ ਹਰ ਪਦ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਦ ਛੁਟੇ ਗੁਸਰਨਾਈ ਜਿਨਾ ਮਨ ਵਸਿਆ ਸੀ ਦਰ ਸਾਚੀ ਦਰ ਸਾਚੀ ਸਚਿਆਰਾ ਉਹਨਾਂ ਦੀ ਸੋਭਾ ਜੁਜਗ ਹੋਈ ਕੋਈ ਨਾ ਬੇਤਨਹਾਰਾ ਨਾਨਕ ਤਿਨਕੈ ਸਦ ਬਲਹਾਰੀ ਜਿਨ ਹਰ ਰੱਖਿਆ ਔਰ ਧਾਰਾ ਉਹਨਾਂ ਦੀ ਸੋਭਾ ਜੁਜਗ ਹੋਈ ਕੋਈ ਨਾ ਬੇਤਨਹਾਰਾ ਨਾਨਕ ਤਿਨਕੈ ਸਦ ਬਲਹਾਰੀ ਜਿਨ ਹਰ ਰੱਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਪਹਿਲੀ ਵਾਰ ਜਾਣੂ ਹਾਂ ਪਿਛਲੇ ਦਿਨੀ ਕਾਕਾ ਹਰਮਨਪ੍ਰੀਤ ਸਿੰਘ ਜੀ ਸਾਡੇ ਧੀਰ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਹਨ ਉਹਨਾਂ ਦੀ ਯਾਦ ਵਿੱਚ ਕੁਛ ਦਿਨਾਂ ਤੋਂ ਅੱਧੀ ਬਾਣੀ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਏ ਹਨ ਉਪਰੰਤ ਕਥਾ ਵਿਚਾਰ ਕੀਰਤਨ ਹੋਏ ਹਨ ਪਰਮਾਤਮਾ ਪਤਾ ਨਹੀਂ ਕਿਹੜਿਆਂ ਰੰਗਾਂ 'ਚ ਰਾਜੀ ਸੀ ਹੱਸਦਾ ਖੇਡਦਾ ਬੱਚਾ ਸਾਡੇ ਹੱਥੋਂ ਮਿੰਟਾਂ ਸਕਿੰਟਾਂ ਵਿੱਚ ਹੀ ਚਲਿਆ ਗਿਆ ਜਿਹੜੇ ਉਸਦਾ ਨਾਮ ਸੀ ਹਰਮਨ ਹਰ ਇੱਕ ਦੇ ਮਨ ਵਿੱਚ ਜਿਸ ਨੂੰ ਵੀ ਉਹ ਇੱਕ ਵਾਰ ਵੀ ਮਿਲਿਆ ਉਹਦੇ ਮਨ ਵਿੱਚ ਆਪਣੀ ਯਾਦ ਛੱਡ ਗਿਆ ਦਸ ਮਿੰਟ ਵੀ ਕਿਸੇ ਨਾਲ ਉਸਦੀ ਕੋਈ ਵਿਚਾਰ ਕਰਦਾ ਹੋ ਗਿਆ ਦਸ ਮਿੰਟ ਵਿੱਚ ਹੀ ਉਸਦੇ ਆਪਣੀ ਛਾਪ ਛੱਡ ਗਿਆ ਪਤਾ ਨਹੀਂ ਇੰਨੀ ਨਿੱਕੀ ਉਮਰ ਦੇ ਵਿੱਚ ਅੱਗੇ ਪਰਮਾਤਮਾ ਕੀ ਭਾਣਾ ਸੀ ਉਹਦਾ ਇੰਨੀ ਲੋੜ ਸੀ ਕਿ ਇੰਨੀ ਜਲਦੀ ਲਾਭ ਆ ਗਿਆ ਹੱਸਦਾ ਖੇਡਦਾ ਪਰਿਵਾਰ ਇੰਨੀ ਮਿਹਨਤ ਕੀਤੀ ਪਰਿਵਾਰ ਨੇ ਇੱਥੇ ਤੱਕ ਪਹੁੰਚੇ ਐਡਾ ਵੱਡਾ ਸਦਮਾ
उस दिन कोई अख इस तरह की नहीं हुई होगी जी अख नाम ना हुई हो इना उच्चारण वाला प्रभु है जिन्होंने बाप ने बोलिया उच्चा रखने लग गया इना असहज कह सकमा सानू जो दे गया है परमात्मा मैं अरदास करता सच्चे पातशाह सानू भैन भावों रिश्तेदार मां प्यो दादा दादी रिश्तेदार सज्जन सबनों सदमा सहन की शक्ति बख्शे हूँ इस शोक सभा साढ़े इलाके के अकाली दल के उम्मीदवार इलाके के इंचार्ज सरदार रविंदर सिंह जी रसूलपुर साहब जो हर वक्त अपने इलाके दुशियां कमियां साझिया करते हैं हर एक के दुख सुख में समा करके पहुँचते हैं उस दिन भी उन्होंने उसे चा समा कटिया जो पता लग्या उस वेले इतने आ गए असि उन्होंने बहुत मशहूर हाँ उन्होंने साडा इस दुख की घड़ी साथ दिता है और रिश्तेदार भैन भरा सज्जन मित्र जिन्हें भी इस शोक सभा पहुंचे हैं जिन्होंने साडा इस दुख की घड़ी साथ दिता है उन्होंने सारे का बहुत बहुत आनंद है असा साधना साधना ने इतों चले जाना है सू बाबा जी ने बहुत ही विस्थापना स्वरूप ने कीर्तन कथा विचार राही समझाया है आपने जो ये बाणी सुनी है उसका दसवंध जो कहते हैं शरदा के फुल आप डेरे हैं वो शरदा के फुल यही हैं कि जो असा ये बाणी सरवण की है उस जो अपना दसवंध उस विश्री रूप के कहना है उसने अरदास आपने जो अरदास की है उस जो कीर्तन विचार सड़िया हुई हैं ये भी उत्ते पहुंचे हैं हम मैं सरदार रविंदर सिंह रसूलपुर जी को कहा जो आगे दो मिनट शोक सभा के अपना जो हौसला है इस परिवार को देने वास्ते हम अपने विचार से वाहेगुरु जी का खालसा वाहेगुरु साहब श्री गुरु ग्रंथ साहब जी जो जी बैठी गुरु प्यारी गुरु भाई सत्संग जी वाहेगुरु जी का खालसा वाहेगुरु जी की फतेह जिहा श्री लिखिया त्यौहार कमाए कले आए नाम कर सदी विचार दिमाग अनुसार रखे हुए सहज पाठ के भोग तो उपरंत बराक में कीर्तन करके उन्होंने श्रद्धा के फुल भेट दिए गए ਮੌਤ ਇੱਕ ਡਰ ਸਚਾਈ ਹੈ ਅਸਾਂ ਵੀ ਇੱਥੇ ਜਾਣਾ ਸੀ ਸਾਰੇ ਨੇ ਪਰ ਵਾਰੀ ਆਪੋ ਆਪਣੀਆਂ ਜਦੋਂ ਕਿਸੇ ਦੀ ਵਾਰੀ ਆ ਗਈ ਉਦੋਂ ਅਸੀਂ ਇਸ ਸੰਸਾਰ ਤੋਂ ਖੁਸ਼ ਕਰ ਜਾਣਾ ਸੋ ਸਾਨੂੰ ਭਾਈ ਸਾਹਿਬ ਨੇ ਕੀਰਤਨ ਰਾਹੀਂ ਕਥਾ ਰਾਹੀਂ ਬਹੁਤ ਸਾਰੀਆਂ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਕਿ ਅਸੀਂ ਮੌਤ ਇੱਕ ਡੰਗ ਸਚਾਈ ਸਾਨੂੰ ਗੁਰਬਾਣੀ ਧਾਰਮਿਕ ਗ੍ਰੰਥ ਇਹ ਵਾਰ ਵਾਰ ਦਰਸ਼ਨ ਕਰਦੇ ਆ ਕਿ ਬੰਦਾ ਇੱਕ ਦਮੀ ਸਾਨੂੰ ਕਿਸੇ ਨੂੰ ਵੀ ਕੋਈ ਪਤਾ ਨਹੀਂ ਇਸ ਮੌਤ ਨੇ ਕਿਸ ਨੂੰ ਕਿਸ ਵੇਲੇ ਝਪਣਾ ਜਿੱਥੇ ਤੱਕ ਜੋ ਬਹੁਤ ਦੁੱਖ ਦੇ ਪਹਾੜ ਇਸ ਪਰਿਵਾਰ ਦੇ ਢਾਹੇ ਆ ਸਰ ਜੈਤ ਸਿੰਘ ਜੀ ਦੇ ਪੋਤਰੇ ਇਹ ਸਾਡੇ ਇਲਾਕੇ ਦਾ ਨਾਮਵਰ ਪਰਿਵਾਰ ਸੀ ਪਰ ਪਤਾ ਨਹੀਂ ਮੈਂ ਇਹ ਗੱਲ ਕਹੂੰਗਾ ਵੀ ਕਿਹੜਾ ਕੀਤਾ ਹੋਇਆ ਕਰਮ ਇਹਨਾਂ ਦੇ ਅੱਗੇ ਆਇਆ ਜੋ ਕਿ ਐਡਾ ਪਹਾੜ ਵਰਗਾ ਦੁੱਖ ਦਰਦ ਡਿੱਗਿਆ ਅੱਜ ਇਹਨਾਂ ਨੂੰ ਦਿਲਾਸਾ ਵੀ ਕਿਸ ਗੱਲ ਦਾ ਨਹੀਂ ਇਹ ਪ੍ਰਮਾਤਮਾ ਦਾ ਭਾਣਾ ਹੈ ਵਾਹਿਗੁਰੂ ਜਾਣਦਾ ਕਿ ਉਸ ਬੱਚੇ ਨੇ ਇਸ ਕੰਮ ਵਿੱਚ ਜਨਮ ਲੈ ਕੇ ਪੜ੍ਹ ਕੇ ਜਵਾਨ ਹੋ ਕੇ ਪਤਾ ਨਹੀਂ ਸੀ ਜਿਹੜਾ ਕਿ ਇਸ ਘਰ ਦਾ ਵਾਰਸ ਬਣਨਾ ਸੀ ਅੱਜ ਉਸ ਨੂੰ ਅਚਾਨਕ ਜੋ ਸਦੀ ਵਿਛੋੜਾ ਦੇ ਗਿਆ ਅੱਜ ਸਾਰਾ ਇਲਾਕਾ ਸਾਰੇ ਰੂਹਾਂ ਜਿੰਨੀਆਂ ਵੀ ਇੱਥੇ ਆਈਆਂ
ਅੱਜ ਇਸ ਗੱਲ ਲਈ ਗੰਭੀਰ ਨੇ ਸਿਰਸ ਕਰਕੇ ਗੁਰੂ ਮਹਾਰਾਜ ਦਾ ਭਾਣਾ ਗੁਰੂ ਜਾਣਦਾ ਕਿਸ ਕਰਕੇ ਤਰੱਕੀ ਬਣ ਸੋ ਮੈਂ ਬਹੁਤ ਲੰਬਾ ਲੱਗ ਜਾਂਦਾ ਹੈ ਇਸ ਪ੍ਰਭਾਵ ਦੇ ਨਾਲ ਜੋ ਵੀ ਮਹਾਰਾਜ ਨੇ ਭਾਣਾ ਵਰਤਾਇਆ ਗੁਰੂ ਮਹਾਰਾਜ ਨੂੰ ਸ਼ਕਤੀ ਬਖਸ਼ੋ ਤਾਂ ਕਿ ਇਸ ਪਰਿਵਾਰ ਦੇ ਇਲਾਕੇ ਦੀ ਸਮਾਜ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਅਤੇ ਸਾਡੇ ਇਲਾਕੇ ਦਾ ਨਾਮਵਰ ਪਰਿਵਾਰ ਸੀ ਜਿਹਦਾ ਇਲਾਕੇ ਵਿੱਚ ਦਾਸ ਸੀ ਸਰ ਜੈ ਸਿੰਘ ਜਦੋਂ ਅਸੀਂ ਵੀ ਕਿਹਾ ਸਟੂਡੈਂਟ ਰਹੇ ਇਹਨਾਂ ਦੇ ਔਰ ਨਦਾਇਗੀ ਆਪਣੇ ਮਹਿਕਮੇ ਬਹੁਤ ਵੱਡਾ ਨਾਮ ਬਣਾਇਆ ਉਹਨਾਂ ਦੇ ਸਪੁੱਤਰ ਅੱਜ ਸ਼੍ਰੀ ਬੋਰਡ ਦੇ ਵਿੱਚ ਬਹੁਤ ਵੱਡਾ ਨਾਮ ਬਣਾਇਆ ਸੋ ਅੱਜ ਉਹ ਪਰਿਵਾਰ ਤੇ ਬਾਣਾ ਵਰਤਿਆ ਇਹ ਸਾਹਿਬ ਨੇ ਕਿਹਾ ਮੈਂ ਆਪਣੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਵੇਲੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਗੁਰੂ ਮਹਾਰਾਜ ਦੀ ਅਰਦਾਸ ਕਰਦੇ ਕਿ ਉਹਨਾਂ ਨੂੰ ਆਪਣੇ ਗੁਰੂ ਨੂੰ ਆਪਣੇ ਦਾਦਾ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਭਾਣਾ ਮੰਨਣ ਦਾ ਹਿੰਮਤ ਅਤੇ ਭਾਣਾ ਮੰਨੇ ਤੇ ਜੋ ਗੁਰੂ ਸਾਹਿਬ ਦਾ ਉਦੇਸ਼ ਆ ਉਹ ਤੇ ਚੱਲਣ ਦੀ ਵਾਪੂ ਦੀ ਇਹਨਾਂ ਨੂੰ ਬਖਸ਼ੇ ਅਸੀਂ ਕਹਿ ਲੈਣਾ ਕਿ ਤੂੰ ਭਾਣਾ ਮੰਨਣਾ ਹੈ ਬੜਾ ਔਖਾ ਸੋ ਮੈਂ ਫਿਰ ਇੱਕ ਵਾਰ ਗੁਰੂ ਮਹਾਰਾਜ ਦੀ ਅਰਦਾਸ ਕਰਦਾ ਇਸ ਪਰਿਵਾਰ ਤੇ ਇਸੇ ਤਰ੍ਹਾਂ ਮੇਲ ਪ੍ਰਾਪਤ ਕਰਕੇ ਇਹਨਾਂ ਨੂੰ ਤੰਦਰੁਸਤੀ ਚਾਢੀ ਕਲਾ ਬਖਸ਼ੇ ਮੈਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇਦਾਰ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਸਾਡੀ ਇਸ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ ਹੈ ਅਸੀਂ ਜਿਹਨੇ ਕੰਮ ਤੁਸੀਂ ਚੱਲ ਕੇ ਹੋਏ ਹੋ ਉਹ ਸਾਡੇ ਸਿਰ ਮੱਥੇ ਉਹ ਸਾਰੀ ਸੰਗਤ ਦੇ ਜਨਾਂ ਵਿੱਚ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਉਸ ਪਿਛਲੀ ਰੂਹ ਦੇ ਵਿੱਚ ਤਿਆਰ ਕੀਤਾ ਗਿਆ ਹੈ ਸ਼ਾਂਤੀ ਦਾਨ ਦੀ ਕਿਰਪਾ ਕਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ